ਕੀ ਨਾਂ ਕੀ ਜੀ ਆਪਣਾ ਸਪਨਾ ਸਰ ਹਾਂਜੀ ਮੈਮ ਕੀ ਹੋਇਆ ਕੀ ਕਰ ਰਹੇ ਚੀਜ਼ਾਂ ਹੋਇਆ ਕੁਛ ਨਹੀਂ ਮੈਂ ਲੁਧਿਆਣਾ ਗਈ ਹੋਈ ਸੀ ਮੇਰੇ ਮਾਈਕੀ ਉੱਥੇ ਜੀ ਔਰ ਮੇਰੀ ਬੇਟੀ 3 ਵਜੇ ਟਿਊਸ਼ਨ ਗਈ ਹੈ ਲੌਕ ਕਰਕੇ ਅਸੀਂ 7:30 ਵਜੇ ਮੈਂ ਆਪਣੀ ਬੇਟੀ ਨੂੰ ਕਿਹਾ ਸੀ ਕਿ ਮੈਨੂੰ ਤੂੰ ਮੇਨ ਰੋਡ ਤੋਂ ਮਤਲਬ ਮੈਂ ਬਾਏ ਆਟੋ ਆਈ ਸੀ ਬੱਸ ਸਟੈਂਡ ਤੋਂ ਜੀ ਅਤੇ ਮੈਂ ਕਿਹਾ ਸੀ ਮੈਨੂੰ ਮੇਨ ਰੋਡ ਤੋਂ ਲਿਆਂਦੀ ਜਾਈ ਜੀ ਤਾਂ ਉਹ ਮੈਨੂੰ ਲੈ ਕੇ ਆਈ ਅਸੀਂ ਮਤਲਬ ਐਂਟਰ ਇਕੱਠੇ ਹੀ ਹੋਏ ਹਾਂ ਜੀ ਜੀ ਅਤੇ ਜਿੱਦਾਂ ਹੀ ਅਸੀਂ ਐਂਟਰ ਹੋਏ ਲੌਬੀ ਦੇਖੀ ਲੌਬੀ ਦਾ ਐਲਈਡੀ ਗਾਇਬ ਸੀ ਜੀ ਮੈਂ ਥੋੜ੍ਹਾ ਘਬਰਾ ਗਈ ਮੈਂ ਅੰਦਰ ਵੱਲ ਨੂੰ ਗਈ ਹਾਂ ਔਰ ਅਲਮਾਰੀਆਂ ਵਿਖਰੀਆਂ ਪਈਆਂ ਲੌਕਰ ਖੁੱਲ੍ਹੇ ਹੋਏ ਸਾਰਾ ਸਮਾਨ ਵਿੱਚੋਂ ਗਾਇਬ ਸੀ ਕੈਸ਼ ਸੀ ਗੋਲਡ ਸੀ ਸਭ ਗਾਇਬ ਔਰ ਐਲਈਡੀ ਗਾਇਬ ਜੀ ਬਾਕੀ ਹੁਣ ਪਤਾ ਨਹੀਂ ਕੋਈ ਸੀਸੀਟੀਵੀ ਕੈਮਰੇ ਵਗੈਰਾ ਲੱਗੇ ਕਰਦੇ ਹੋ ਹਾਂਜੀ ਉਹ ਨੇਬਲਸ ਹੀ ਲੱਗੇ ਹੋਏ ਆ ਸਾਡੇ ਘਰ ਦੇ ਵਿੱਚ ਨਹੀਂ ਆਪਣੇ ਲੱਗੇ ਕਿੱਦਾਂ ਦੇਖ ਲਓ ਜਿਹੜੀ ਦਿਨ ਦਿਹਾੜੀ ਚੋਰੀ ਦੀ ਵਾਰਦਾਤ ਦਿਨੋਂ ਦਿਨ ਵੱਧਦੀਆਂ ਆ ਰਹੀਆਂ ਤੇ ਘਰੋਂ ਨਿਕਲਣਾ 1 ਕਰੋੜ ਜਾਣਾ ਬਹੁਤ ਮੁਸ਼ਕਿਲ ਹੋਇਆ ਪਿਆ ਵਾ ਚੋਰਾਂ ਦੇ ਹੌਂਸਲੇ ਕਾਫੀ ਵੱਧੇ ਪਏ ਨੇ ਉਹਨਾਂ ਨੂੰ ਕੋਈ ਪੁਲਿਸ ਪ੍ਰਸ਼ਾਸਨ ਦਾ ਕੋਈ ਮਤਲਬ ਕਿ ਖੌਫ ਨਹੀਂ ਹੈਗਾ ਸਰਕਾਰ ਨੂੰ ਦੇਖਣਾ ਚਾਹੀਦਾ ਜੀ ਕੀ ਮੰਗ ਮੰਗਦੇ ਹੋ ਪ੍ਰਸ਼ਾਸਨ ਤੋਂ ਕੀ ਤੁਸੀਂ ਸਾਡੀ ਸੇਫਟੀ ਥੋੜ੍ਹਾ ਦੇਖਿਆ ਜਾਏ ਸੇਫਟੀ ਵੱਲ ਵੀ ਧਿਆਨ ਦਿੱਤਾ ਜਾਏ ਕਾਮਨ ਪੀਪਲ ਹਾਂ ਅਸੀਂ ਵੋਟ ਪਾਈਏ ਮਤਲਬ ਕਿ ਰਿਹਾਇਸ਼ੀ ਏਰੀਆ ਵਾ ਰਿਹਾਇਸ਼ੀ ਏਰੀਆ ਦੇ ਵਿੱਚ ਵੀ ਜਿਹੜੀ ਚੋਰੀ ਦੀ ਵਾਰਦਾਤ ਦਿੱਤੀ ਅੰਜਾਮ ਦਿੱਤਾ ਗਿਆ ਜਿਹੜੇ ਚੋਰ ਜਿਹੜੇ ਕਿ ਉਹ ਇੱਕ ਬਾਰੀ ਤੋੜ ਕੇ ਅੰਦਰ ਵੜੇ ਨੇ ਦਿਨ ਦਿਹਾੜੇ ਦੇ ਟਾਈਮ ਦੇ ਵਿੱਚ ਵੀ ਜਿਹੜੇ ਕਿ ਪ੍ਰਸ਼ਾਸਨ ਵੱਲੋਂ ਕੋਈ ਪੁਖਤਾ ਪ੍ਰਬੰਧ ਜਿਹੜੇ ਮੈਨੂੰ ਲੱਗਦਾ ਨਹੀਂ ਹੈਗੇ ਕੀਤੇ ਜਾ ਰਹੇ ਹੁਣ ਪ੍ਰਸ਼ਾਸਨ ਨੂੰ ਪਤਾ ਨਹੀਂ ਤੁਸੀਂ ਕਿੱਦਾਂ ਦੇਖਦੇ ਹੋ ਕਿ ਜਿਹੜੇ ਕਿ ਦਿਨ ਦੇ ਆ ਰਹੇ ਚੋਰੀ ਮਤਲਬ ਘਰੋਂ ਇੱਕ ਛੋਟੇ ਜਿਹੇ ਘਰ ਦੇ ਵਿੱਚੋਂ ਬਾਹਰ ਜਾਣਾ ਵੀ ਬੜਾ ਮੁਸ਼ਕਲ ਹੋ ਚੁੱਕਾ ਹੋਇਆ ਵਾ ਕੀ ਕਹਿਣਾ ਚਾਹੁੰਦੇ ਮੈਂ ਚੋਰੀ ਹੋਈ ਹੈ ਦਿਨ ਦੇ ਹਰੇ ਉਹਨਾਂ ਦੀ ਮਿਸਿਸ ਘਰ ਨਹੀਂ ਸੀ ਹੈਗੀ ਆਪ ਵਪਾਰਕ ਸੀ ਉਹ ਮਿਸਿਸ ਪੇਕੇ ਗਈ ਸੀ ਲੁਧਿਆਣੇ ਜਦੋਂ ਵਾਪਸ ਆਈ 7:30-8 ਵਜੇ ਉਹਨੇ ਦੇਖਿਆ ਵੀ ਘਰ ਜਦੋਂ ਅੰਦਰ ਵੀ ਐੱਲ ਈ ਡੀ ਨਹੀਂ ਸੀ ਫਿਰ ਉਹਨੇ ਆਪਣੇ ਹਸਬੈਂਡ ਨੂੰ ਫੋਨ ਕੀਤਾ ਕਿ ਐੱਲ ਈ ਡੀ ਤੁਸੀਂ ਕਿਸੇ ਠੀਕ ਕਰਾਉਣ 'ਤੇ ਨਹੀਂ ਜਾਂ ਕੋਈ ਪ੍ਰੋਬਲਮ ਤਾਂ ਨਹੀਂ ਸੀ ਆਈ ਕਹਿੰਦਾ ਮੈਂ ਨਹੀਂ ਕੀਤਾ ਫਿਰ ਉਹਨਾਂ ਦੇ ਅੰਦਰ ਸਭ ਕੁਝ ਖਿਲ ਰਿਹਾ ਪਿਆ ਸੀਗਾ ਸਾਰੀਆਂ ਅਲਮੀਰਾ ਖੁੱਲੀਆਂ ਪਈਆਂ ਸੀਗੀਆਂ ਸਾਰਾ ਲੋਕਰ ਖੁੱਲ੍ਹੇ ਪਏ ਸੀਗੇ ਉਹਨਾਂ ਦੇ ਕੈਸ਼ ਉਹਨਾਂ ਦਾ ਗੋਲਡ ਸਾਰਾ ਕੁਝ ਚੁੱਕਿਆ ਗਿਆ ਵਾ ਜੋ ਕੀਮਤੀ ਸਮਾਨ ਸੀ ਚੁੱਕਿਆ ਗਿਆ ਬਹੁਤ ਵੱਡਾ ਨੁਕਸਾਨ ਹੋਇਆ ਵਾ ਔਰ ਅਸੀਂ ਪਹੁੰਚੇ ਹਾਂ ਮੌਕੇ 'ਤੇ ਕਿੰਨਾ ਕੈਸ਼ ਸੀ ਸਰ ਜਿਹੜਾ ਦੱਸਿਆ ਜਾ ਮੈਨੂੰ ਐਗਜੈਕਟਲੀ ਨਹੀਂ ਪਤਾ ਗੋਲਡ ਮੈਨੂੰ ਪਤਾ ਦੱਸਿਆ ਉਹਨਾਂ ਨੇ 10-12 ਤੋਲੇ ਉਹ ਲੇਡੀ ਦਾ ਗੋਲਡ ਸੀਗਾ ਕਿੰਨਾ ਕੁ ਹੋਊਗਾ ਕੈਸ਼ ਚੜ੍ਹਦਾ ਅੰਦਾਜ਼ਾ 70,000 ਦਾ ਕੈਸ਼ ਸੀਗਾ 70,000 ਕੈਸ਼ ਸੀਗਾ ਔਰ ਗੋਲਡ ਸੀਗਾ 10-12 ਤੋਲੇ ਐੱਲ ਈ ਡੀ ਸੀਗੀ ਹੋਰ ਹਲੇ ਚੀਜ਼ਾਂ ਪਤਾ ਲੱਗਣਗੀਆਂ ਹੌਲੀ ਹੌਲੀ ਇਹਨਾਂ ਨੂੰ ਵੀ ਕਿਹੜੀ ਕਿਹੜੀ ਕੀਮਤੀ ਚੀਜ਼ ਗਈ ਹੈ ਸੋ ਅਸੀਂ ਆਏ ਹਾਂ ਇਹ ਘਟਨਾ ਕਦੋਂ ਦੀ ਹੈਗੀ ਹੈ ਅੱਜ ਦੀ ਹੈ 7:30 ਵਜੇ ਘਰ ਆਏ ਉਸ ਤੋਂ ਪਹਿਲਾਂ ਘਟਨਾ ਹੋਈ ਹੋਈ ਸੀਗੀ ਦਿਨ ਦੇ ਸਾਡੇ ਡਾਕਾ ਪਿਆ ਜੀ ਇੱਥੇ ਜੋ ਚੋਰੀ ਦਾ ਜਿਹੜੀ ਹੈ ਉਹ ਸ਼ਾਇਦ ਦਿਨ ਦੇ ਜਿਹੜਾ ਵਾਰਦਾਤ ਨੂੰ ਚੋਰੀ ਨਹੀਂ ਕਿਹਾ ਜਾ ਸਕਦਾ ਡਾਕਾ ਪਿਆ ਘਰ ਵਿੱਚ ਲਗਭਗ ਕਿੰਨੇ ਦਾ ਸਮਾਨ ਲੈ ਗਏ ਨੇ ਕਿੰਨਾ ਨੁਕਸਾਨ ਹੋਇਆ ਸਰ 10-12 ਤੋਲੇ ਸੋਨਾ ਲਾ ਲਓ 8 ਲੱਖ ਰੁਪਏ ਦਾ ਸੋਨਾ ਹੋ ਗਿਆ 70,000 ਕੈਸ਼ ਹੈ ਐੱਲ ਈ ਡੀ ਜਿਹੜੀ ਸੀਗੀ ਉਹ ਗਈ ਆ ਹੋਰ ਵੀ ਬਾਅਦ 'ਚ ਹੋਲੀ ਹੋਲੀ ਪਤਾ ਲੱਗਣਾ ਇਹਨਾਂ ਨੂੰ ਕੀ ਸਮਾਨ ਗਿਆ ਹਲੇ ਚੀਜ਼ਾਂ ਦਾ ਪਤਾ ਲੱਗੇਗਾ ਨਾ ਵੀ ਇਹ ਵੀ ਮੇਰਾ ਚੀਜ਼ ਸੀਗੀ ਇਹ ਵੀ ਸੀਗੀ ਇਹਦੇ ਬਾਅਦ 'ਚ ਪਤਾ ਲੱਗਦਾ ਮੌਕੇ 'ਤੇ ਪੁਲਿਸ ਨੂੰ ਇਤਲਾਹ ਕਰ ਦਿੱਤਾ ਇਤਲਾਹ ਕਰਤਾ ਉਹ ਆਏ ਨੇ ਉਹਨਾਂ ਨੇ ਆ ਕੇ ਹੁਣ ਉਹ ਕੈਮਰਿਆਂ ਦੀ ਛਾਣਬੀਨ ਕਰ ਰਹੇ ਨੇ ਆਸ ਪੜੋਸ ਤੋਂ ਕਿਹੜੇ ਰਸਤੇ ਤੋਂ ਚੋਰ ਗਏ ਨੇ ਅਤੇ ਦੇਖੋ ਕੀ ਬਣਦਾ ਸਰ ਬਸਤੀ ਬਾਬਾ ਖੇਤ ਸਰ ਦੱਸਿਓ ਥੋੜ੍ਹਾ ਕਿਹੜੀ ਜਗ੍ਹਾ ਤੋਂ ਉਹਨਾਂ ਨੇ ਜਿਹੜਾ ਸਮਾਨ ਜਿਹੜਾ ਗੋਲਡ ਵਗੈਰਾ ਚੁੱਕਿਆ ਦਿਖਾਇਓ ਮਾੜਾ ਜਿਹਾ ਪੰਜਾਬ ਸਰਕਾਰ ਨੂੰ ਇਹ ਕੋਈ ਪਹਿਲਾ ਇਹ ਕੋਈ ਅੱਜ ਸਵੇਰ ਦਾ ਪਹਿਲਾ ਇਹ ਘਟਨਾ ਨਹੀਂ ਹੈਗੀ ਸਵੇਰ ਦੀ ਵੀ ਅੱਜ 20-25 ਘਟਨਾ ਹੋਣੀ ਹੈ ਜਲੰਧਰ ਦੇ ਵਿੱਚ ਅੱਜ ਦੀ ਐਵਰੇਜਲੀ ਜਿਹੜੀ ਅੱਜ ਦੀ ਘਟਨਾ ਹੈ ਵੀ ਹਰ ਦਿਨ ਦੀ 20 ਤੋਂ 25 ਲੁੱਟ ਹੋ ਰਹੀਆਂ ਚੈਨ ਸਨੈਚਿੰਗ ਹੋ ਰਹੀਆਂ ਮੋਬਾਈਲ ਸਨੈਚਿੰਗ ਹੋ ਰਹੀਆਂ ਔਰ ਉੱਥੇ ਸਾਰੇ ਇੰਡਸਟਰੀਅਲ ਏਰੀਆ ਦੇ ਵਿੱਚ ਚੱਲ ਜਾਓ ਜਾਂ ਫੋਕਲ ਪੁਆਇੰਟ ਚੱਲ ਜਾਓ ਜਾਂ ਤੁਸੀਂ ਲੈਵਲ ਕੰਟੈਕਟ ਚੱਲ ਜਾਓ ਜਿਹੜਾ ਵਿਅਕਤੀ ਦਿਹਾੜੀ ਲਾ ਕੇ ਆ ਰਿਹਾ ਉਹਨੂੰ ਲੁੱਟ ਖੋ ਉਹਨਾਂ ਵੀ ਹੋ ਰਹੀ ਉਹਨਾਂ ਮੋਬਾਈਲ ਖੋਏ ਜਾ ਰਹੇ ਆ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ ਜਦ ਇੰਨੀਆਂ ਲੁੱਟਾਂ ਖੋ ਹੋ ਰਹੀਆਂ ਵਾਰਦਾਤਾਂ ਹੋ ਰਹੀਆਂ ਸੋ ਪੁਲਿਸ ਕਿਤੇ ਨਾਕਾਮਯਾਬ ਤੁਹਾਨੂੰ ਲੱਗਦੀ ਹੈ ਸਰ ਪੁਲਿਸ ਉਹੀ ਹੁੰਦੀ ਹੈ ਪ੍ਰਸ਼ਾਸਨ ਉਹੀ ਹੁੰਦਾ ਸਿਰਫ ਆਰਡਰ ਦਾ ਫਰਕ ਹੁੰਦਾ ਪੁਲਿਸ ਦੀ ਕਦੀ ਕਮੀ ਨਹੀਂ ਹੁੰਦੀ ਸਿਰਫ ਆਰਡਰ ਜਦੋਂ ਪੁਲਿਸ ਜਿਹੜਾ ਸਰਕਾਰ ਦਾ ਕੰਮ ਹੈ ਉਹ ਇਸ ਨੈਕਸਸ ਨੂੰ ਤੋੜਨਾ ਹੁੰਦਾ ਵੈ ਨੈਕਸਸ ਨੂੰ ਤੋੜਨਾ ਹੈ ਜਿਹੜੇ ਕ੍ਰਿਮੀਨਲ ਲੋਕ ਨੇ ਉਹਨਾਂ ਲੋਕਾਂ ਨੂੰ ਨੱਥ ਪਾਉਣਾ ਹੁੰਦਾ ਵੈ ਜਦੋਂ ਅਸੀਂ ਕ੍ਰਿਮੀਨਲ ਲੋਕਾਂ ਦੇ ਪਾਰਟ ਬਣ ਜਾਂਦੇ ਹਾਂ ਜਦੋਂ ਉਹਨਾਂ ਨੈਕਸਸ ਦੇ ਪਾਰਟ ਬਣ ਜਾਂਦੇ ਹਾਂ ਉਦੋਂ ਇਹ ਹਾਲਾਤ ਹੋ ਜਾਂਦੇ ਆ ਅੱਜ ਸਟੇਟ ਦੇ ਹਾਲਾਤ ਮਾੜੇ ਇਸ ਕਰਕੇ ਨੇ ਕਿਉਂਕਿ ਸਰਕਾਰ ਦੇ ਨੁਮਾਇੰਦੇ ਮੈਂ ਬੜੇ ਸਿੱਧੇ ਸ਼ਬਦਾਂ 'ਚ ਕਹਿੰਦਾ ਸਰਕਾਰ ਦੇ ਨੁਮਾਇੰਦੇ ਇਸ ਨੈਕਸਸ ਦੇ ਪਾਰਟ ਨੇ ਤਦ ਹੀ ਪੁਲਿਸ ਕਾਰਵਾਈ ਨਹੀਂ ਕਰ ਪਾਉਂਦੀ ਸਰ ਜਿਹੜੇ ਚੋਰ ਸੀਗੇ ਕਿੱਥੋਂ ਐਂਟਰ ਹੋਏ ਨੇ ਕੋਈ ਲੋਕ ਵਗੈਰਾ ਤੋੜਿਆ ਹੈਗਾ ਦਰਵਾਜ਼ਾ ਬਾਹਰ ਦਾ ਦਰਵਾਜ਼ਾ ਬਣਾਇਆ ਹੈਗਾ ਵਾ ਉੱਥੋਂ ਐਂਟਰ ਕਰਕੇ ਡਰਾਇੰਗ ਰੂਮ ਤੋਂ ਆਏ ਤੁਸੀਂ ਦੇਖ ਸਕਦੇ ਹੋ ਪਰਲੇ ਪਾਸੇ ਗ੍ਰਿਡ ਟੁੱਟੀ ਹੋਈ ਸਰ ਕਿਹੜਾ ਏਰੀਆ ਹੈਗਾ ਮਰਦ ਇਹ ਗ੍ਰੀਨ ਐਵਨਿਊ ਕੀ ਨਾਂ ਕੀ ਸਰ ਆਪਣਾ ਰਾਜੀਵ ਸਿੰਘ ਠੀਕ